ਵੀਰੋ ਆਪਾਂ ਨੂੰ ਅਕਸਰ ਹੀ ਚਾਰ ਬੰਦੇ ਖੜ੍ਹਿਆਂ ਦੇ ਵਿੱਚ ਸੁਣਨ ਨੂੰ ਮਿਲਦਾ ਵੀ ਹਾਲੈਂਡ ਦੀ ਕੰਬਾਈਨ ਆ ਵੀ ਬੜੀ ਮਹਿੰਗੀ ਹੈ, ਅਤੇ ਨਾਲ ਹੀ ਸੁਣਨ ਨੂੰ ਮਿਲਦਾ ਵੀ ਬੜੀ ਵਧੀਆ ਬਣਾਈ ਹੋਈ ਹੈਗੀ। ਕੀ ਇਹਦੇ ਵਿੱਚ ਖਾਸ ਹੁੰਦਾ ਗਾ, ਕਿਵੇਂ ਇਹ ਬਣਦੀਆਂ ਨੇ, ਕੰਪਨੀ ਦੇ ਵਿੱਚ ਕੀ ਮਾਹੌਲ ਹੁੰਦਾ ਕੰਮ ਦਾ, ਕਿੱਦਾਂ ਦੀ ਤਕਨੀਕ ਇਹਦੇ ਵਿੱਚ ਵਰਤੀ ਜਾਂਦੀ ਹੈਗੀ, ਇਹ ਸਾਰੀਆਂ ਗੱਲਾਂ, ਕਿਵੇਂ ਦਾ ਪੇਂਟ ਹੁੰਦਾ ਗਾ, ਇਸ ਵੀਡੀਓ ਦੇ ਵਿੱਚ ਆਪਾਂ ਕਰਾਂਗੇ। ਇਹ ਵੀਡੀਓ ਦੇ ਵਿੱਚ ਤੁਹਾਨੂੰ ਪੂਰਾ ਪਲਾਂਟ ਦਿਖਾਉਣਾ ਗਾ ਹਾਲੈਂਡ ਦਾ, ਜਿਹੜਾ ਪੂਨੇ ਦੇ ਵਿੱਚ ਬਣਿਆ ਹੋਇਆ, ਏਸ਼ੀਆ ਦਾ ਸਭ ਤੋਂ ਵੱਡਾ ਪਲਾਂਟ ਹੈਗਾ ਇਹ, ਜਿੱਥੇ ਕੰਬਾਈਨਾਂ ਬਣਦੀਆਂ ਨੇ। ਕੰਬਾਈਨਾਂ ਦੇ ਨਾਲ ਨਾਲ ਦੋ ਪ੍ਰੋਡਕਟ ਇੱਥੇ ਹੋਰ ਵੀ ਬਣਦੇ ਨੇ, ਜਿਵੇਂ ਬੇਲਰ ਹੋ ਗਿਆ, ਅਤੇ ਗੰਨੇ ਕੱਟ ਕੇ ਟਰਾਲੀ ਦੇ ਵਿੱਚ ਪਾਉਣ ਵਾਲੀ ਮਸ਼ੀਨ ਵੀ ਇੱਥੇ ਬਣਦੀ ਹੈ, ਜਿਹੜੀ ਦਾ ਮਹਾਰਾਸ਼ਟਰ ਜਾਂ ਹੋਰ ਜਿਹੜੀਆਂ ਸਟੇਟਾਂ ਨੇ ਜਿੱਥੇ ਗੰਨਾ ਬਣਦਾ, ਅਤੇ ਉੱਥੇ ਬੜੀ ਜ਼ਿਆਦਾ ਪਾਪੂਲਰ ਆ ਉਹ। ਪੂਰਾ ਪਲਾਂਟ ਤੁਹਾਨੂੰ ਦਿਖਾਉਣਾ ਗਾ, ਕਿੱਦਾਂ ਦੀ ਮਸ਼ੀਨਰੀ ਹੈ ਇੱਥੇ, ਕੀ ਸਿਸਟਮ ਆ ਸਾਰਾ। ਅੱਜ ਆਪਾਂ ਵੀਡੀਓ ਸ਼ੁਰੂ ਕਰ ਦਿਆਂਗੇ, ਪੂਰੀ ਵੀਡੀਓ ਦੇਖਿਓ, ਬੜੀ ਜਾਣਕਾਰੀ ਭਰਪੂਰ ਹੈਗੀ ਇਹ, ਬਹੁਤ ਕੁਛ ਤੁਹਾਨੂੰ ਨਵਾਂ ਦੇਖਣ ਨੂੰ ਮਿਲੂਗਾ ਜਿਹੜਾ ਤੁਸੀਂ ਵੇਖਿਆ ਨਹੀਂ ਹੋਣਾ ਕਿਤੇ। ਆ ਜਾਓ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਗੁਰਪ੍ਰੀਤ ਸਵਾਗਤ ਕਰਦਾ ਤੁਹਾਡਾ ਆਪਣੀ ਇਸ ਵੀਡੀਓ ਦੇ ਵਿੱਚ। ਅੱਜ ਦੀ ਜਿਹੜੀ ਆਪਾਂ ਤੁਹਾਨੂੰ ਵੀਡੀਓ ਦਿਖਾਉਣੀ ਹੈ, ਇਹਦੇ ਵਿੱਚ ਤੁਹਾਨੂੰ ਦਿਖਾਉਣਾ ਗਾ ਨਿਊ ਹਾਲੈਂਡ ਦਾ ਹਾਰਵੈਸਟਰ ਮਸ਼ੀਨਾਂ ਦਾ ਪਲਾਂਟ। ਅਤੇ ਜੇ ਆਪਾਂ ਨਿਊ ਹਾਲੈਂਡ ਦੀ ਗੱਲ ਕਰੀਏ ਤਾਂ ਹਾਲੈਂਡ ਕੰਪਨੀ ਦੇ ਗਲੋਬਲੀ 66 ਜਿਹੜੇ ਪਲਾਂਟ ਨੇਗੇ, 66 ਪਲਾਂਟ ਨੇਗੇ, ਅਤੇ ਉਹਨਾਂ ਦੇ ਵਿੱਚੋਂ ਜਿਹੜੇ 3 ਪਲਾਂਟ ਨੇਗੇ ਉਹ ਨੇਗੇ ਇੰਡੀਆ ਦੇ ਵਿੱਚ। ਇੰਡੀਆ ਦੇ ਜੇ ਪਲਾਂਟਸ ਦੀ ਆਪਾਂ ਗੱਲ ਕਰੀਏ ਤਾਂ ਇੱਕ ਹੈਗਾ ਪ੍ਰੀਤਮਪੁਰ MP ਦੇ ਵਿੱਚ, ਗ੍ਰੇਟਰ ਨੋਇਡਾ ਦੇ ਵਿੱਚ ਹੈ, ਜਿੱਥੇ ਟਰੈਕਟਰ ਬਣਦੇ ਨੇਗੇ। ਅਤੇ ਏਸ਼ੀਆ ਦਾ ਸਭ ਤੋਂ ਜਿਹੜਾ ਵੱਡਾ ਪਲਾਂਟ ਹੈਗਾ ਹਾਰਵੈਸਟਰ ਮਸ਼ੀਨਾਂ ਦਾ, ਉਹ ਹੈਗਾ ਇੱਥੇ ਪੂਨੇ ਦੇ ਵਿੱਚ, ਜਿਹੜਾ ਪਲਾਂਟ ਅੱਜ ਤੁਹਾਨੂੰ ਦਿਖਾਉਣਾ ਗਾ। ਅਤੇ ਅੱਜ ਆਪਾਂ ਚੱਲਦੇ ਹਾਂ ਪਲਾਂਟ ਦੇ ਅੰਦਰ, ਅਤੇ ਤੁਹਾਨੂੰ ਦਿਖਾਉਂਦੇ ਹਾਂਗੇ ਹਾਰਵੈਸਟਰ ਕੰਬਾਈਨਾਂ ਜਿਹੜੀਆਂ ਕਿੱਦਾਂ ਬਣਦੀਆਂ ਨੇ, ਸ਼ੂਗਰ ਕੇਨ ਹਾਰਵੈਸਟਰ ਕਿੱਦਾਂ ਬਣਦੀ ਹੈ, ਅਤੇ ਬੇਲਰ ਤੁਹਾਨੂੰ ਦਿਖਾਉਣਾ ਗਾ, ਉਹਨਾਂ ਦੀ ਇੱਕ ਇੱਕ ਡੈਡੀਕੇਟਡ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਕਿ ਉਹਨਾਂ ਦੀ ਟੈਕਨੀਕਲ ਸਪੈਸੀਫਿਕੇਸ਼ਨ। ਅਤੇ ਅੱਜ ਆਪਾਂ ਚੱਲਦੇ ਹਾਂ ਅੰਦਰ। ਸਹੀ ਰਹੇਗੀ। ਸੋ ਵੀਰੋ ਇਸ ਟਾਈਮ ਆਪਾਂ ਹੈਗੇ ਹਾਂਗੇ ਫੈਬਰੀਕੇਸ਼ਨ ਸੈਕਸ਼ਨ ਦੇ ਵਿੱਚ, ਸਾਹਮਣੇ ਤੁਸੀਂ ਦੇਖ ਸਕਦੇ ਹੋ ਵੈਂਡਿੰਗ ਵਾਲੀਆਂ ਮਸ਼ੀਨਾਂ ਆ ਗਈਆਂ, ਉੱਧਰ ਹੋ ਗਈ ਆਪਣੀ ਲੇਜ਼ਰ ਵਾਲੀ ਕਟਿੰਗ ਵਾਲੀ ਮਸ਼ੀਨ। ਅਤੇ ਜਿਹੜੀ ਆਪਾਂ ਕਹਿ ਦਈਏ ਵੀ ਵਰਲਡ ਦੀ ਸਭ ਤੋਂ ਬੈਸਟ ਤਕਨੀਕ ਹੈਗੀ, ਉਹ ਇੱਥੇ ਯੂਜ਼ ਕੀਤੀ ਜਾਂਦੀ ਹੈਗੀ ਹਰ ਇੱਕ ਕੰਮ ਦੇ ਲਈ। ਮੈਂ ਤੁਹਾਨੂੰ ਨੇੜੇ ਜੂਮ ਕਰਕੇ ਦਿਖਾਉਣਾਗਾ। ਇਸ ਤਰ੍ਹਾਂ ਇਹ ਸਾਰੀਆਂ ਮਸ਼ੀਨਾਂ ਨੇ ਜਿਹੜੀਆਂ ਆਟੋਮੈਟਿਕਲੀ ਕੰਮ ਕਰਦੀਆਂ ਰਹਿੰਦੀਆਂ ਨੇ, ਜਿੰਨਾ ਵੀ ਫੈਬਰੀਕੇਸ਼ਨ ਦਾ ਕੰਮ ਹੈਗਾ ਉਹ ਸਾਰਾ ਇੱਥੇ ਹੁੰਦਾ ਗਾ ਕਟਿੰਗ ਦਾ। ਉਸ ਤੋਂ ਬਾਅਦ ਅੱਗੇ ਜਾਂਦਾ ਅਸੈਂਬਲੀ ਲਾਈਨ ਦੇ ਵਿੱਚ। ਅਤੇ ਇਸ ਲਾਈਨ ਦੇ ਵਿੱਚ ਜਿੰਨੀਆਂ ਵੀ ਤੁਸੀਂ ਮਸ਼ੀਨਾਂ ਵੇਖ ਰਹੇ ਹੋ ਪ੍ਰਾਈਮਾ ਪਾਵਰ ਇਟਲੀ ਦੀਆਂ ਨੇਗੀਆਂ, ਇੱਥੇ ਇਕੱਲੀ ਵੈਂਡਿੰਗ ਵਾਲਾ ਇਹ ਸੈਕਸ਼ਨ ਆ ਗਿਆ। ਵੈਂਡਿੰਗ ਦੇ ਨਾਲ ਹੀ ਜਿਹੜਾ ਸੈਕਸ਼ਨ ਹੈਗਾ ਕਟਿੰਗ ਦਾ ਗਾ ਪੂਰੇ ਫੈਬਰੀਕੇਸ਼ਨ ਦੇ ਵਿੱਚ। ਅਤੇ ਅੱਗੇ ਤੁਹਾਨੂੰ ਦਿਖਾਉਣੇ ਹੈਗੀ ਜਿਹੜੀ ਵੈਲਡਿੰਗ ਵਾਲੀ ਟੈਕਨੀਕਸ ਨੇਗੀਆਂ ਉਹ ਕਿੱਦਾਂ ਦੀਆਂ ਇੱਥੇ ਯੂਜ਼ ਹੁੰਦੀਆਂ ਨੇਗੀਆਂ। ਮੈਨੂੰ ਨਹੀਂ ਲੱਗਦਾ ਵੀ ਤੁਸੀਂ ਇੱਦਾਂ ਦਾ ਕੁਛ ਪਹਿਲੀ ਵਾਰੀ ਵੇਖਿਆ ਹੋਊਗਾ। ਆਓ ਚੱਲਦੇ ਹਾਂ ਅੱਗੇ। ਅਤੇ ਵੀਰੋ ਸਾਡੇ ਨਾਲ ਹਾਲੈਂਡ ਦੇ ਫੈਬਰੀਕੇਸ਼ਨ ਹੈਡ ਇਸ ਟਾਈਮ ਵੀਡੀਓ ਦੇ ਵਿੱਚ ਨੇ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਆ ਜੀ? ਬਹੁਤ ਵਧੀਆ। ਅਤੇ ਸਰ ਜੇ ਆਪਾਂ ਗੱਲ ਕਰੀਏ ਤੁਹਾਡੇ ਫੈਬਰੀਕੇਸ਼ਨ ਸ਼ੋਪ ਸੀ, ਅਤੇ ਇੱਥੇ ਕਟਿੰਗ ਜਿਹੜੀ ਹੋ ਰਹੀ ਆ ਲੇਜ਼ਰਸ ਦੇ ਨਾਲ, ਇਹਨਾਂ ਬਾਰੇ ਥੋੜ੍ਹਾ ਦੱਸੋਗੇ ਕਿ ਪ੍ਰਾਈਮਾ ਕਿੱਥੋਂ ਦੀ ਕੰਪਨੀ ਹੈ ਅਤੇ ਕੀ ਇਹਨਾਂ ਦੀ ਖਾਸ ਗੱਲਾਂ ਨੇ? ਪ੍ਰਾਈਮਾ ਕੰਪਨੀ ਹੈ ਇਟਾਲੀਅਨ ਜੀ, ਅਤੇ ਅਸੀਂ 4 ਸਾਲ ਪਹਿਲਾਂ ਇਹਨਾਂ ਨੂੰ ਇੰਸਟਾਲ ਕੀਤਾ ਸੀ ਇੱਥੇ ਜੀ। ਅਤੇ ਆਪਣਾ ਸਾਰਾ ਹਾਰਵੈਸਟਰ ਜਿਹੜਾ ਹੈ ਉਹਦੀ ਇਨਪੁੱਟ ਸ਼ੀਟਸ ਜਿਹੜੀਆਂ ਉਹ ਇੱਥੋਂ ਹੀ ਕੱਢਦੀਆਂ ਸਾਰੀ ਸਾਰੀ ਜੀ। ਅਤੇ ਵੀ ਹੈਵ ਇੱਕ ਪ੍ਰੋਗਰਾਮ ਹੈ ਜਿਹੜਾ ਪ੍ਰੋਗਰਾਮ ਇਸ ਮਸ਼ੀਨ ਦੇ ਅੰਦਰ ਜਾਂਦਾ ਹੈ, ਅਤੇ ਮਸ਼ੀਨ ਆਪਣੇ ਆਪ ਆਪਣਾ ਟਾਵਰ ਤੋਂ ਮਸ਼ੀਨ ਫੀਡ ਲੈਂਦੀ ਹੈ, ਅਤੇ ਸ਼ੀਟ ਇੱਥੇ ਆ ਕੇ 0.2 mm ਦੀ ਟੋਲਰੈਂਸ 'ਚ ਸਾਰੀ ਸ਼ੀਟ ਕੱਟ ਕੇ ਇਹ ਆਪਣੇ ਆਪ ਆਟੋਮੈਟਿਕਲੀ ਅਨਲੋਡ ਕਰ ਦਿੰਦੀ ਹੈ। ਠੀਕ ਹੈ, ਮਤਲਬ ਕਿ ਬਸ ਤੁਸੀਂ ਜਸਟ ਇਨਪੁੱਟ ਦੇਣੀ? ਹਾਂ, ਇਨਪੁੱਟ ਦੇਣੀ ਹੈ। ਇਹਦੇ ਅੰਦਰ ਆਪਾਂ ਪਹਿਲਾਂ ਹੀ ਪ੍ਰੋਗਰਾਮ ਬਣਾ ਲੈਂਦੇ ਹਾਂ, ਨੈਸਟਿੰਗ ਦਾ ਪ੍ਰੋਗਰਾਮ ਹੁੰਦਾ ਹੈ, ਉਹ ਆਪਾਂ ਫੀਡ ਕਰਦੇ ਹਾਂ, ਅਤੇ ਪੂਰੇ ਦਿਨ ਦੀ ਜਿੰਨੀ ਕਟਿੰਗ ਚਾਹੀਦੀ ਹੈ ਉਹ ਆਪਣੇ ਆਪ ਇਹ ਫਿਰ ਉਹਦੇ ਬਾਅਦ ਕੱਟ ਲੈਂਦੀ ਹੈ। ਜਿੰਨੇ mm ਦੀ ਸ਼ੀਟ ਥਿਕਨੈਸ ਚਾਹੀਦੀ ਹੈ ਟਾਵਰ ਤੋਂ ਆਪਣੇ ਆਪ ਕੱਟਦੀ ਹੈ, ਅਤੇ ਆਪਣੇ ਆਪ ਹੀ ਅਨਲੋਡ ਕਰ ਦਿੰਦੀ ਹੈ, ਅਤੇ ਅਸੀਂ ਉਹਨਾਂ ਨੂੰ ਚੱਕ ਕੇ ਫਿਰ ਅੱਗੇ ਫੈਬਰੀਕੇਸ਼ਨ ਜਾਂ ਬੈਂਡਿੰਗ ਦੇ ਉੱਤੇ ਫਾਰਵਰਡ ਕਰ ਦਿੰਦੇ ਹਾਂ। ਅਤੇ ਦੋਸਤੋ ਇਸ ਟਾਈਮ ਇੱਥੇ ਚੱਲ ਰਿਹਾ ਹੈਗਾ ਲੰਚ ਬ੍ਰੇਕ, ਅਤੇ ਲੰਚ ਬ੍ਰੇਕ ਦੇ ਵਿੱਚ ਸਾਨੂੰ ਟਾਈਮ ਮਿਲੇਗਾ ਸ਼ੂਟ ਕਰਨ ਦਾ। ਅਤੇ ਜੇ ਇੱਥੇ ਵੈਲਡਿੰਗ ਵਾਲੇ ਸਿਸਟਮ ਦੀ ਆਪਾਂ ਗੱਲ ਕਰੀਏ ਵੀ ਕਿਸ ਟੈਕਨੀਕ ਦੇ ਨਾਲ ਵੈਲਡਿੰਗ ਹੁੰਦੀ ਹੈ, ਮੈਂ ਤੁਹਾਨੂੰ ਦਿਖਾਉਣਾਗਾ ਵੀ ਮੈਂ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰੀ ਇੰਨਾ ਸੇਫ ਜਿਹੜਾ ਇਨਵਾਇਰਮੈਂਟ ਦੇਖਿਆ ਹੈਗਾ। ਉਹਦਾ ਕਾਰਨ ਕੀ ਹੈ ਕਿ ਜਦੋਂ ਕੋਈ ਵੀ ਬੰਦਾ ਕੰਮ ਕਰਦਾ ਗਾ ਵੈਲਡਿੰਗ ਦਾ, ਤਾਂ ਉਹਦੇ ਵਿੱਚੋਂ ਜਿਹੜੀ ਧੂੰਆਂ ਨਿਕਲਦਾ ਗਾ, ਖਤਰਨਾਕ ਗੈਸ ਨਿਕਲਦੀ, ਜਿਹੜੀ ਆਪਣੀਆਂ ਅੱਖਾਂ ਵਾਸਤੇ ਬਹੁਤ ਜ਼ਿਆਦਾ ਹਾਨੀਕਾਰਕ ਹੁੰਦੀ ਹੈਗੀ, ਉਹਨਾਂ ਤੋਂ ਬਹੁਤ ਵਧੀਆ ਸੇਫਟੀ ਆ ਸਾਰਾ। ਸੇਫਟੀ ਦੇ ਵਿੱਚ ਮੈਂ ਕਹਿੰਦਾ ਵੀ ਅੱਜ ਤੱਕ ਮੈਂ ਕੋਈ ਇੱਦਾਂ ਦਾ ਪਲਾਂਟ ਨਹੀਂ ਦੇਖਿਆ ਜਿੱਥੇ ਇੰਨੀ ਜ਼ਿਆਦਾ ਸੇਫਟੀ ਹੋਵੇ। ਉਹ ਮੈਂ ਤੁਹਾਨੂੰ ਦਿਖਾਉਣਾ ਕਿ ਕਿਸ ਤਰ੍ਹਾਂ ਸਿਸਟਮ ਹੈਗਾ। ਆਹ ਜਿਹੜੇ ਤੁਸੀਂ ਵੈਕਿਊਮ ਦੇਖ ਰਹੇ ਹੋ ਲੱਗੇ, ਆਹ ਵਾਲੇ ਜੋ ਵੀ ਇੱਥੇ ਵੈਲਡਿੰਗ ਹੁੰਦੀ ਹੈਗੀ, ਇਹ ਹਰ ਵੇਲੇ ਜਿਹੜਾ
ਧੂੰਆਂ ਗਾ ਉਹਨੂੰ ਸ਼ੱਕ ਸ਼ੱਕ ਕਰਦਾ ਰਹਿੰਦਾ, ਆਪਣੇ ਅੰਦਰ ਖਿੱਚਦਾ ਰਹਿੰਦਾ ਗਾ। ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਧੂੰਆਂ ਤੁਹਾਨੂੰ ਇੱਥੇ ਪਲਾਂਟ ਦੇ ਵਿੱਚ ਵੇਖਣ ਨੂੰ ਨਹੀਂ ਮਿਲੂਗਾ। ਹਾਂ, ਤੁਸੀਂ ਕੰਬਾਈਨ ਦਾ ਕਟਰ ਦੇਖ ਰਹੇ ਹੋ, ਜਿਹੜਾ ਹੈਡਰ ਹੁੰਦਾ ਫਰੰਟ 'ਤੇ, ਉਹ ਇੱਥੇ ਵੈਲਡ ਕੀਤਾ ਜਾਂਦਾ ਗਾ। ਤਾਂ ਜਦੋਂ ਵੀ ਵੈਲਡਿੰਗ ਦਾ ਕੰਮ ਹੁੰਦਾ ਗਾ ਤਾਂ ਉਦੋਂ ਇਹ ਚੱਲਦੇ ਹੁੰਦੇ ਨੇਗੇ ਵੈਕਿਊਮ, ਤਾਂ ਜਿੰਨਾ ਵੀ ਧੂੰਆਂ ਹੁੰਦਾ ਗਾ ਉਹਨੂੰ ਇਹ ਕਲੀਨ ਕਰਦੇ ਨੇ, ਅਤੇ ਪਲਾਂਟ ਦਾ ਜਿਹੜਾ ਇਨਵਾਇਰਮੈਂਟ ਹੈਗਾ ਉਹ ਬਹੁਤ ਜ਼ਿਆਦਾ ਸੇਫ ਰਹਿੰਦਾ ਗਾ। ਅਤੇ ਇੱਕ ਚੀਜ਼ ਹੋਰ ਕਿ ਜਦੋਂ ਇੱਥੇ ਵੈਲਡਿੰਗ ਕਰਨ ਵੇਲੇ ਆਪਣਾ ਜਿਹੜਾ ਪੀਸ ਹੈਗਾ ਉਹ ਗਰਮ ਹੋ ਜਾਂਦਾ, ਉਹਨੂੰ ਗਰਮ ਨਹੀਂ ਹੋਣ ਦਿੱਤਾ ਜਾਂਦਾ, ਨਾਲ ਦੀ ਨਾਲ ਸਿਸਟਮ ਇੱਦਾਂ ਦਾ ਲੱਗਿਆ ਹੋਇਆ ਕਿ ਉਹ ਪੀਸ ਹੈਗਾ ਜਿਹੜਾ ਆਪਣਾ ਠੰਡਾ ਰਹਿੰਦਾ ਗਾ, ਤਾਂ ਕਿ ਕਿਸੇ ਵੀ ਤਰ੍ਹਾਂ ਦਾ ਹਾਰਡਨੈਸ ਹੈਗੀ ਉਹਦੇ ਵਿੱਚ ਨਾ ਆਵੇ। ਅਤੇ ਕੰਪਨੀ ਦੇ ਜਿੰਨੇ ਵੀ ਇੰਪਲੋਈਸ ਨੇਗੇ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਸੇਫਟੀ ਦੇ ਨਾਲ ਕੰਮ ਕਰ ਰਹੇ ਨੇਗੇ। ਅਤੇ ਦੋਸਤੋ, ਇਸ ਟਾਈਮ ਆਪਾਂ ਐਂਟਰ ਹੋ ਗਏ ਹਾਂਗੇ ਦੁਨੀਆ ਦੀ ਸਭ ਤੋਂ ਬੈਸਟ, ਆਪਾਂ ਕਹਿ ਦਈਏ ਵੀ, ਪੇਂਟ ਸ਼ੋਪ ਦੇ ਵਿੱਚ। ਦੁਨੀਆ ਦੀ ਸਭ ਤੋਂ ਬੈਸਟ ਪੇਂਟ ਸ਼ੋਪ ਇਹ ਕਿੱਦਾਂ ਗੀ ਇਹ ਤੁਹਾਨੂੰ ਦਿਖਾਉਂਦੇ ਹਾਂਗੇ। ਅਤੇ ਸਾਡੇ ਨਾਲ ਇਸ ਪੇਂਟ ਸ਼ੋਪ ਦੇ ਹੈੱਡ ਨੇਗੇ ਜਿਹੜੇ ਸਰ, ਉਹ ਮੌਜੂਦ ਰਹਿਣਗੇ ਵੀਡੀਓ ਦੇ ਵਿੱਚ, ਅਤੇ ਆ ਜਾਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜਰਮਨ ਦਾ ਬਣਿਆ ਹੋਇਆ ਇਹ ਪੇਂਟ ਸ਼ੋਪ ਆ ਸਰ। ਨਮਸਤੇ, ਆਪਕਾ ਹਮਾਰੇ ਇਸ ਪੇਂਟ ਸ਼ੋਪ ਮੇਂ ਸਵਾਗਤ ਹੈ ਜੀ, ਹਾਰਦਿਕ ਬਧਾਈ ਹੋ ਆਪਕੋ। ਔਰ ਮੈਂ ਵੀ ਆਪਕੋ ਧੰਨਵਾਦ ਕਹਿਣਾ ਚਾਹੂੰਗਾ ਕਿ ਆਪਨੇ ਹਮੇਂ ਇਤਨਾ ਅੱਛਾ ਪੇਂਟ ਸ਼ੋਪ ਦੇਖਨੇ ਕਾ ਮੌਕਾ ਦਿਆ ਹਮਾਰੇ ਵਿਊਅਰਸ ਕੋ। ਤੋ ਸਰ ਥੋੜ੍ਹਾ ਬਤਾਈਏ ਕਿ ਜੇ ਕੈਸੇ ਦੁਨੀਆ ਕਾ ਸਭਸੇ ਬੈਸਟ ਪੇਂਟ ਸ਼ੋਪ ਹੈ। ਇਹ ਪੇਂਟ ਸ਼ੋਪ ਮੈਂ ਆਪਕੋ ਅਗਰ ਸਾਈਜ਼ ਬਤਾਊਂ ਤੋ ਇਹ 5.5 meter ਲੰਬਾ, 2.5 meter ਵਾਈਡ ਔਰ 2.4 meter ਹਾਈਟ, ਇਤਨਾ ਬੜਾ ਕੰਪੋਨੈਂਟ ਇਹ ਹਮਾਰਾ ਪੇਂਟ ਸ਼ੋਪ ਕੇਟਰ ਕਰ ਸਕਤਾ ਹੈ। ਓਕੇ, ਇਤਨਾ ਬੜਾ ਕੰਪੋਨੈਂਟ ਹਮ ਇਸ ਹਮਾਰੀ ਪੇਂਟ ਸ਼ੋਪ ਮੇਂ ਪ੍ਰੋਸੈਸ ਕਰ ਸਕਤੇ ਹੈ ਜੀ। ਯਹਾਂ ਪੇ ਜੋ ਹਮ ਪੇਂਟ ਯੂਜ਼ ਕਰਤੇ ਹੈ ਵੋ ਲੀਡ ਔਰ ਕ੍ਰੋਮ ਫ੍ਰੀ ਹੈ, ਜਿਸ ਮੇਂ ਵਾਤਾਵਰਣ ਕੀ ਬਿਲਕੁਲ ਹੀ ਕਸ਼ਤੀ ਨਹੀਂ ਹੋਤੀ, ਹਾਨੀ ਨਹੀਂ ਪਹੁੰਚਤੀ ਹੈ। ਹਮਾਰੇ ਯਹਾਂ ਪੇ ਪ੍ਰੀ ਟ੍ਰੀਟਮੈਂਟ ਮੇਂ ਫਾਸਫੇਟਿੰਗ ਯੂਜ਼ ਨਹੀਂ ਹੋਤਾ ਹੈ, ਜੋ ਵਾਤਾਵਰਣ ਕੋ ਕਸ਼ਤੀ ਪਹੁੰਚਾਤਾ ਹੈ। ਹਮ ਲੀਡ ਐਂਡ ਕ੍ਰੋਮ ਫ੍ਰੀ ਵਾਲਾ ਆਕਸੀਲਾਨ ਯੂਜ਼ ਕਰਤੇ ਹੈ, ਜਿਸ ਸੇ ਸਲਚ ਕਮ ਜਨਰੇਟ ਹੋਤੀ ਹੈ ਜੀ, ਔਰ ਵਾਤਾਵਰਣ ਕੋ ਬਹੁਤ ਹੀ ਕਮ ਪ੍ਰਦੂਸ਼ਣ ਹੋਤਾ ਹੈ ਜੀ। ਯਹਾਂ ਪੇ ਜੋ ਪੇਂਟਿੰਗ ਕੇ ਲੀਏ ਗਨ ਯੂਜ਼ ਕਰਤੇ ਹਮ ਵੋ ਇਲੈਕਟ੍ਰੋਸਟੈਟਿਕ ਸਪਰੇ ਗਨਸ ਹੈ ਜੀ, ਜਿਸ ਕੀ ਵਜਹ ਸੇ ਪੇਂਟ ਬਹੁਤ ਜ਼ਿਆਦਾ ਕੰਪੋਨੈਂਟ ਕੇ ਉੱਪਰ ਜਾ ਕੇ ਬੈਠਤਾ ਹੈ, ਇਧਰ ਉਧਰ ਫੈਲਤਾ ਨਹੀਂ ਹੈ, ਜਿਸ ਕੀ ਵਜਹ ਸੇ ਪੋਲਿਊਸ਼ਨ ਕਮ ਹੋਤੀ ਹੈ। ਹਮਾਰੀ ਪਾਣੀ ਕੀ ਖਪਤ ਵੀ ਕਮ ਹੋਤੀ ਹੈ, ਕਿਉਂਕਿ ਹਮ ਯਹਾਂ ਪੇ ਕੈਸਕੇਡਿੰਗ ਯੂਜ਼ ਕਰਤੇ ਹੈ, ਜਿਸ ਕੀ ਵਜਹ ਸੇ ਪਾਣੀ ਕੀ ਖਪਤ ਕਮ ਹੋਤੀ ਹੈ ਔਰ ਵਾਤਾਵਰਣ ਕੀ ਕਸ਼ਤੀ ਬਹੁਤ ਕਮ ਹੋਤੀ ਹੈ ਜੀ। ਉਸਕੇ ਬਾਅਦ ਹਮ ਯਹਾਂ ਪੇ ਜੋ ਪੇਂਟ ਯੂਜ਼ ਕਰਤੇ ਹੈ ਵੋ ਮਲਟੀਨੈਸ਼ਨਲ ਜੋ ਜਰਮਨ ਕੰਪਨੀ ਹੈ ਮੈਂਕੇਵਿਕਸ, ਵਹਾਂ ਕਾ ਪੇਂਟ ਹਮ ਯੂਜ਼ ਕਰਤੇ ਹੈ, ਜਿਸ ਕੀ ਲਾਈਫ ਕਮ ਸੇ ਕਮ 1000 hours ਕੀ ਸਾਲਟ ਸਪਰੇ ਹਮੇ ਮਿਲਤੀ ਹੈ, ਜੋ ਕਮ ਸੇ ਕਮ 2 saal ਕੀ ਹਮੇ ਗਾਰੰਟੀ ਦੇਤਾ ਹੈ। ਹਮਾਰਾ ਪੇਂਟ ਬਿਲਕੁਲ ਨਿਕਲਤਾ ਨਹੀਂ ਹੈ ਕੰਪੋਨੈਂਟ ਕੀ ਵਜਹ ਕੰਪੋਨੈਂਟ ਕੇ ਉੱਪਰ ਸੇ ਜੀ। ਔਰ ਅਗਰ ਆਪ ਦੇਖੋਗੇ ਤੋ ਇਹ ਦੇਖੀਏ, ਇਹ ਪ੍ਰੀ ਟ੍ਰੀਟਮੈਂਟ ਜ਼ੋਨ ਹੈ, ਯਹਾਂ ਕੇ ਸਾਰੇ ਇਕਵਿਪਮੈਂਟ ਸਟੇਨਲੈਸ ਸਟੀਲ ਮੇਂ ਬਨੇ ਹੋਏ ਹੈ ਜੀ, ਜੋ ਕਮ ਸੇ ਕਮ 20 saal ਕੀ ਉਨਕੀ ਲਾਈਫ ਹੈ ਜੀ। ਐਸੇ ਹੀ ਅਗਰ ਸਪਰੇ ਬੂਥ ਦੇਖੋਗੇ ਤੋ ਸਪਰੇ ਬੂਥ ਮੇਂ ਵੀ ਸਕ੍ਰਬਰ ਹੈ ਜੋ ਪੂਰਾ ਸਟੇਨਲੈਸ ਸਟੀਲ ਕਾ ਬਨਾ ਹੁਆ ਹੈ, ਜੋ ਕਮ ਸੇ ਕਮ 20 saal ਕੀ ਲਾਈਫ ਹੈ ਇਸਕੀ। ਓਕੇ, ਉਸਕੇ ਬਾਅਦ ਹਮ ਜੋ ਪੇਂਟ ਯੂਜ਼ ਕਰਤੇ ਵੋ ਪੋਲੀਰੀਥਿਨ ਰੇਜ਼ਿਨ ਹੋਤਾ ਹੈ, ਜੋ ਯੂਵੀ ਰੈਜ਼ਿਸਟੈਂਸ ਸਭਸੇ ਬੜੀਆ ਹੋਤਾ ਹੈ ਉਸਕਾ, ਮਤਲਬ ਸੂਰਜ ਕੀ ਕਿਰਨੇ ਜਿਸਕੇ ਉੱਪਰ ਆਤੀ ਹੈ ਤੋ ਉਸਕਾ ਡਿਸਇੰਟੀਗ੍ਰੇਸ਼ਨ ਨਹੀਂ ਹੋਤਾ ਹੈ। ਓਕੇ, ਜੋ ਵਰਲਡ ਕਲਾਸ ਔਰ ਵਰਲਡ ਮੇਂ ਸਭਸੇ ਬੈਸਟ ਕੁਆਲਿਟੀ ਕਾ ਰੇਜ਼ਿਨ ਮਾਨਾ ਜਾਤਾ ਹੈ ਪੋਲੀਰੀਥਿਨ, ਔਰ ਉਸਕੇ ਨੀਚੇ ਇਪੋਕਸੀ ਵੀ ਹਮ ਯੂਜ਼ ਕਰਤੇ ਹੈ, ਜੋ ਉਸ ਕਰੋਜਨ ਕੀ ਵਜਹ ਸੇ ਉਸਕਾ ਕਰੋਜਨ ਕੇ ਅਗੇਂਸਟ ਮੇਂ ਉਸਕਾ ਪ੍ਰੋਟੈਕਸ਼ਨ ਕਰਨੇ ਕੇ ਲੀਏ ਮਦਦ ਕਰਤਾ ਹੈ। ਮਤਲਬ ਕੈਸਾ ਵੀ ਵੈਦਰ ਹੋ ਵੋ ਬੈਸਟ ਰਹੇਗਾ, ਬਿਲਕੁਲ ਬੈਸਟ ਹੈ। ਔਰ ਸਾਰੇ ਪੇਂਟਡ ਪਾਰਟਸ ਹਮਾਰੇ ਯਹਾਂ ਪੇ ਪੇਂਟ ਕਿਊਰਿੰਗ ਓਵਨ ਹੈ, ਵਹਾਂ ਪੇ ਕਿਊਰ ਹੋਤੇ ਹੈ ਤਾਂਕਿ ਪੇਂਟ ਚਿਪਕੇ ਨਾ ਹੱਥ ਕੋ, ਔਰ ਇਹ ਕਿਊਰਿੰਗ ਕੀ ਇੰਸ਼ੋਰੈਂਸ ਹਮ ਇਹ ਪੇਂਟ ਬੇਕਿੰਗ ਓਵਨ ਸੇ ਦੇਤੀ ਹੈ। ਓਕੇ, ਉਸਕੇ ਬਾਅਦ ਹਰ ਕੰਪੋਨੈਂਟ ਜੋ ਪੇਂਟ ਹੋਤਾ ਹੈ ਵੋ ਹਮ ਇੰਸਪੈਕਟ ਕਰਤੇ ਹੈ ਵਿਜੁਅਲੀ ਬਾਏ ਅਵਰ ਪੇਂਟਡ ਪਾਰਟਸ ਕੁਆਲਿਟੀ ਇੰਸਪੈਕਟਰ, ਔਰ ਇਹ ਅਗਰ ਆਪ ਦੇਖ ਸਕਤੇ ਹੋ ਤੋ ਹਮਾਰੇ ਯਹਾਂ ਪੇ ਹਮ ਇਹ ਡੇਲੀ ਜਬ ਵੀ ਪ੍ਰੋਡਕਸ਼ਨ ਹੋਤਾ ਹੈ ਤੋ ਹਮ ਇਹ ਸਾਰੇ ਪਾਰਟਸ ਇਨਕੀ ਕੁਆਲਿਟੀ ਹਮ ਚੈੱਕ ਕਰਤੇ ਹੈ। ਓਕੇ, ਔਰ ਜੈਸੇ ਆਪਨੇ ਬਤਾਇਆ ਥਾ ਕਿ ਪੇਂਟ ਸੇ ਪਹਿਲੇ 7 stages ਕਾ ਇੱਕ ਕਲੀਨਿੰਗ ਪ੍ਰੋਸੈਸ ਹੋਤਾ ਹੈ। ਯੈਸ, ਹਮਾਰੇ ਯਹਾਂ ਪੇ ਪ੍ਰੀ ਟ੍ਰੀਟਮੈਂਟ ਹੈ ਜਹਾਂ ਪੇ 6 stages ਹੈ ਜੀ। ਸਭਸੇ ਪਹਿਲੇ ਨਿਊਟਰਲ ਪਿਕਲਿੰਗ, ਜੋ ਕੰਪੋਨੈਂਟ ਕੇ ਉੱਪਰ ਕੇ ਜੋ ਹੌਟ ਰੋਲ ਸਟੀਲ ਕੇ ਜੋ ਮਿਲ ਸਕੇਲ ਵਗੈਰਾ ਹੋਤਾ ਹੈ ਵੋ ਰਿਮੂਵ ਕਰਤਾ ਹੈ। ਉਸਕੇ ਬਾਅਦ ਹੋਤਾ ਹੈ ਐਸਿਡਿਕ ਡਿਗ੍ਰੀਸਿੰਗ, ਜੋ ਆਇਲ ਗਰੀਸ ਔਰ ਮਿੱਟੀ ਵਗੈਰਾ ਜੋ ਲੱਗੀ ਹੋਤੀ ਹੈ ਵੋ ਸਾਰੀ ਧੁਲ ਦੇਤਾ ਹੈ। ਉਸਕੇ ਬਾਅਦ ਹੋਤਾ ਹੈ ਇੰਡਸਟਰੀਅਲ ਵਾਟਰ ਰਿੰਸ, ਉਸਕੇ ਬਾਅਦ ਡੀਮਿਨਰਲਾਈਜ਼ ਵਾਟਰ ਰਿੰਸ, ਉਸਕੇ ਬਾਅਦ ਆਤਾ ਹੈ ਆਕਸੀਲਾਨ, ਜੋ ਪੇਂਟ ਇਹ ਪੇਂਟ ਹੋਣੇ ਸੇ ਪਹਿਲੇ ਪਾਰਟਸ ਕੇ ਉੱਪਰ ਐਸੀ ਇੱਕ ਲੇਅਰ ਬਨਾਤਾ ਹੈ ਕਿ ਜੋ ਉਸੇ ਕਰੋਜਨ ਸੇ ਬਚਾਏ। ਐਡਵਾਂਟੇਜ ਇਹ ਹੈ ਇਸ ਆਕਸੀਲਾਨ ਕਾ, ਜੋ ਮਲਟੀਨੈਸ਼ਨਲ ਕੰਪਨੀ BASF ਜਾਂ ਜਿਸਕੋ ਪਹਿਲੇ ਕੈਮੀਟੋਲ ਬੋਲਤੇ ਥੇ ਉਸਸੇ ਹਮ ਖਰੀਦਤੇ ਹੈ, ਵੋ ਫਾਸਫੇਟਿੰਗ ਕੇ ਅਗੇਂਸਟ ਮੇਂ ਅੱਛਾ ਇਸ ਲੀਏ ਫਾਸਫੇਟਿੰਗ ਮੇਂ ਸਲਜ ਜਨਰੇਟ ਹੋਤੀ ਹੈ, ਆਕਸੀਲਾਨ ਮੇਂ ਸਲਜ ਜਨਰੇਟ ਨਹੀਂ ਹੋਤੀ ਹੈ ਜਾਂ ਬਹੁਤ ਹੀ ਕਮ ਜਨਰੇਟ ਹੋਤੀ ਹੈ ਸਲਜ, 100 ਨਹੀਂ 1000 ਗੁਣਾ ਸਲਜ ਕਮ ਜਨਰੇਟ ਹੋਤੀ ਹੈ। ਕਿਆ ਬਾਤ ਹੈ,
इसके लिए ऑक्सीलान बेटर देन फॉस्फेटिंग है जी। उसके बाद ये प्री ट्रीटमेंट हुए कंपोनेंट जो है वो ड्रायाफोन में क्योर होते हैं, सूख जाते हैं, जिसमें से पानी की वगैरह परत है वो निकल जाती है जी। और अगर कुछ पूछना है तो यू आर मोस्ट वेलकम जी। तो इस तरह करके जे मैं बोलूंगा कि जे जर्मन की कंपनी है ना जिसने इसे इंस्टॉल किया। हाँ, डूर कंपनी है जिसने। लेकिन मैं और एक बात बताना चाहूंगा, डूर अगर कंपनी जर्मन है लेकिन फिर भी इसका पूरा इंजीनियरिंग, पूरा इंस्टॉलेशन, पूरा मैन्युफैक्चरिंग इंडिया में हुआ है, तो हम आत्मनिर्भर की एक गारंटी दे सकते हैं इस पेंट शॉप की वजह से। अच्छा, तो बहुत अच्छी बात है सर, थैंक यू, बहुत अच्छा लगा आपसे बात करके और बहुत अच्छी आपने जानकारी दी हमें, थैंक यू। वीरो, पेंट तो बाद आप पहुँच चुके हैं हूँ असेंबली लाइन के, असेंबली लाइन के कंबाइन हारवेस्टर, सुगर कैन हारवेस्टर, जो बेलर असैम्बल होंगे, तिने चीज़ों की असैम्बली लाइन तुम दिखाई हैगी। स्टार्टिंग यह कितों होंगी हैगी, उतों गल करते हैं। तो साढ़े नाल प्रोडक्शन मैनेजर CNH के सर ने गे, उन्होंने आप गलबात सर करते हैं। सर, सत श्रीकाल जी। हाँ जी, थोड़ा असैम्बली लाइन से स्वागत है जी। और मैं पवन उप्पल, प्रोडक्शन मैनेजर। हूँ मैं तुम दसदा कि किस तरह असी कंबाइन लाइन बनानी शुरू करते हैं जी। जिस तरह तुम देख पा रहे हो, ये ट्रैक्शन बीम है जी। तो ट्रैक्शन बीम असी FD ये लगी हुई है, तो ये गेयरबॉक्स लग्या है जी। तो गेयरबॉक्स हूँ थानू मैं दिखा कि असी किस तरह चेक करते हैं जी। ये तुसी जिस तरह देख पा रहे, ये मशीन है, ये गेयरबॉक्स की टैसटिंग करती है। ओके। इटली तो मंगाई हुई है जी। तो जेडे ओपरेटर्स है साढ़े जी, तुसी देख पा रहे हो, ये पोलैंड तो पोलॉज प्लांट साढ़ा है, उतो ट्रेंड है। ओके। और इस मशीन ते की करते हैं कि असी गेयरबॉक्स नूं लगाते हैं जी। और गेयरबॉक्स नूं टेंपरेचर चेक करते हैं, तो साथ नाल लीकेज चेक करते हैं, टेंपरेचर रनिंग टेंपरेचर जी। और असी ये गेयरबॉक्स नूं अद्धे घंटे लिए टेस्ट करते हैं। ओके। और ओके होने के बाद ही फिर गेयरबॉक्स नूं लगाया जाता है जी। और इस तरीके नाल FD दी मशीन है दूसरी जी, तुसी देख पा रहे हैं। इस दे उत्ते भी असी इस FD नूं अद्धे घंटे लिए टेस्ट करते हैं जी, और असी लीकेज चेक करते हैं। और जे बिल्कुल ओके होंगी है, मशीन के इंडीकेशन आ जाते हैं, तुसी मशीन देख सकते हो, कंप्यूटराइज मशीन है, रिपोर्ट आ जाती है PDF उसकी। रिपोर्ट आ जाती है PDF, तुसी एक रिपोर्ट देख सकते हो, देखो इस तरह रिपोर्ट आ जाती है। तो रिपोर्ट ओके होने के बाद ही मशीन अगे प्रोसैस होंगे, अगे प्रोसैस से लगाया जाता जी। तो हूँ आप अगे अगे हूँ आप चलते हैं जिते आप दिखाते हैं कि किस तरह ये गेयरबॉक्स मेन चैसी के उत्ते लगता है। सो आज चलते हैं वीरो अगे, तो ये आ गई अपनी मेन कंबाइन की असैम्बली लाइन जी, है ना। हाँ जी, जिदा आप पिछे देखा सीगा कि गेयरबॉक्स टैसट हो गया, हम देख तुसी देख पा रहे हो कि गेयरबॉक्स टैसट होके ये मेन चैसी लाइन के उत्ते लग गया जी। इतने हाँ जी, ये लग गया मे ए, और ये पिछे पिछले पास रेयर एक्सल असैम्बल हो गया ठीक है। और हूँ ये उत्ते जो थ्रैशिंग मड्यूल है वो लगेगा। ओके। वो असी लगे थानू फिर अगे थानू दिखावांगे कि किस तरह असी ये मशीन कंप्लीट हुई है। हूँ आप अगे चलते हैं, चलो दोस्तों अगे चलते हैं, जिथे मशीन थानू कंप्लीट मशीन के बारे जानकारी देंगे। तो दोस्तों जदों मशीन रेडी हो जाते हैं, तिने चाहे बेलर आ, कंबाइन हारवेस्टर आ, सुगर कैन हारवेस्टर आ, उस तो बाद इन्हों का क्वालिटी चैकअप किया जाता, तो क्वालिटी कंट्रोल दे वलों डिपार्टमेंट दे वलों सर अपने नाल नेंगे। सर नमस्कार जी। नमस्कार मित्रों, मैं पुणे प्लांट में क्वालिटी लीड करता हूँ जी। ये हमारा बेलर है, ये हमारा कंबाइन है जी, और ये हमारा सुगर कैन है जी। उस पर्टिकुलरली इस व्हीकल के लिए जो भी पार्ट्स सप्लायर से आते हैं जी, तो उसका हम लोग इनकमिंग इंस्पेक्शन करते हैं। उसके बाद सारी प्रोसेस फैब्रिकेशन शॉप, पेंट शॉप और असेंबली शॉप में हम लोग उसका प्रोसेस वैलिडेशन करते हैं जी। तो कस्टमर के लिए प्रोसेस सही परफॉर्म हो रही है कि नहीं, उसके बाद हम लोग व्हीकल बनने के बाद असेंबली शॉप में टेस्टिंग करते हैं। हम पहले उसका टेस्टिंग करते हैं, एंडोलाइन टेस्टिंग करते हैं, उसके बाद कस्टमर प्रोडक्ट ऑडिट करते हैं, उसके बाद गाड़ियों को हम लोग प्री डिलीवरी इंस्पेक्शन करें बिफोर गोइंग टू द कस्टमर। तो 3 से 4 जगह पे हम क्वालिटी इंश्योर करते हैं कि कस्टमर के पास हर एक 0 डिफेक्ट व्हीकल पहुंचे, ये हमारा प्रयास रहता है। थैंक यू। तो दोस्तों ये हैगा जिहड़ा सुगर कैन हारवेस्टर बनती है, गन्ना कटने वाली मशीन, वो चासी हैगी।
ਤੇ ਇੱਥੇ ਪੂਰੀ ਲਾਈਨ ਦੇ ਉੱਤੇ ਇਸ ਚਾਸੀ ਨੂੰ ਬੜੀ ਟੈਕਨੀਕਲੀ ਜਿਹੜਾ ਬਿਲਡ ਅਪ ਕੀਤਾ ਜਾਂਦਾ ਗਾ। ਕੰਬਾਈਨ ਹਾਰਵੈਸਟਰ ਤੋਂ ਬਾਅਦ ਵੀਰੋ ਆਪਾਂ ਆਏਗੇ ਹੁਣ ਸੂਗਰ ਕੈਨ ਹਾਰਵੈਸਟਰ ਦੀ ਅਸੈਂਬਲੀ ਲਾਈਨ ਦੇ ਉੱਤੇ, ਅਤੇ ਆਪਾਂ ਗੱਲ ਕਰੀਏ ਇਹ ਮਸ਼ੀਨ ਹੈਗੀ ਜਿਹੜੀ ਮਹਾਰਾਸ਼ਟਰ ਦੇ ਵਿੱਚ ਬਹੁਤ ਜ਼ਿਆਦਾ ਆਪਾਂ ਕਹਿ ਦਈਏ ਕੁਆਂਟਿਟੀ ਦੇ ਵਿੱਚ ਚੱਲ ਰਹੀ ਹੈ, ਮਹਾਰਾਸ਼ਟਰ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਪੱਧਰ ਦੇ ਉੱਤੇ ਇਹ ਕਾਮਯਾਬ ਹੋਈ ਹੈ ਮਸ਼ੀਨ, ਅਤੇ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਸਰ ਨਮਸਤੇ ਜੀ। ਨਮਸਤੇ ਜੀ, ਮੈਂ ਚੰਦਰਸ਼ੇਖਰ ਜੋਸ਼ੀ। आपको यहाँ से अब शुगर केन मशीन जो हम लोग ये लाइन पर बनाते जी उसकी इंट्रोडक्शन दूंगा जी। चलिए हम शुरू करते हैं सर। तो ये हमारी मशीन है, मशीन की चासी है जी। जैसा कि आप देख पा रहे हो यहाँ पर सारी मोटर्स वगैरह असेंबल होती है जी। चासी जो है पेंट शॉप से पेंट होकर के हमारे पहले स्टेशन पर आती है जहाँ पर हम लोग इंटू लाइन प्रोसेस दिखाते हैं इसको जी। उसके बाद हम लोग यहाँ पर काफ़ी सारी मोटर्स जी, उसके बाद होजेस और चॉपर रोलर्स जो है वो यहाँ पर लगा देते हैं इसी लाइन पे, इसी लाइन के ऊपर जी। तो यहाँ पर पूरी जो सब असेंबली है ये आप देख सकते हो, यहाँ पे पूरी सब असेंबली होती है। ये पूरी सब असेंबली होने के बाद ये सारा मटेरियल जो है वो हम लोग लाइन पर लगाते हैं। ओके। यहाँ पर सारे के सारे लोग जो है वो पूरे तरीके से ट्रेन है जी। और पूरी क्वालिटी के साथ, पूरे क्वालिटी पैरामीटर्स फॉलो करने के बाद वो अपना जो मटेरियल है वो मटेरियल पूरा लाइन पर लगा देते हैं। ओके। यहाँ से आगे आने के बाद आपको दिखाएंगे कि यहाँ पर हाईएस्ट क्वालिटी के होजेस हम लोग लगाते हैं जी। ये होजेस के लिए सारी टॉर्क रेंचेस और टूल्स हमारे पास अवेलेबल है ताकि ये सही तरीके से असेंबल हो और इसमें से आगे जाकर के लीकेजेस ना आए जी। और सही क्वालिटी कस्टमर को मिले जी। इसके बाद हम लोग यहाँ पर कमिंस की इंजिन्स, उसके बाद रेडिएटर्स जी और केबिन जो हमारा मेन पार्ट है, मेन पार्ट है केबिन। तो ये केबिन हम लोग यहाँ पर इंटरनली बनाते हैं और इसके बाद जैसा कि आप देख सकते हो यहाँ पर मशीन के ऊपर वो पूरा माउंट हो जाता है। तो ये है हमारा इंजन प्लस ये केबिन जी। पूरे इसमें हम लोग सारे कनेक्शंस करके मशीन पूरी तरीके से रेडी करते, उसके बाद यहाँ पर आखिरी स्टेशन के ऊपर आकर के ये एलिवेटर का पार्ट लगता है जी। ये एलिवेटर का पार्ट लगने के बाद मशीन पूरी हो जाती है और पूरे क्वालिटी चेक के साथ ये मशीन आगे ट्रांसफर हो जाती है टेस्टिंग के लिए जी। तो टेस्टिंग करने के लिए हम लोग कम से कम 3 से 4 घंटा इसका रिगरस टेस्टिंग करते हैं, जिससे कि सही क्वालिटी विदाउट एनी फेल्यूर ऑफ पार्ट्स कस्टमर को मिल जाए जी। तो इस तरीके से ये मशीन बनती है, टेस्ट होती है और उसके बाद फिर पेंट एंड टचअप होने के बाद ये मशीन कस्टमर को हैंड ओवर की जाती है। तो ये पूरी प्रोसेस है। इस एरिया को कहते हैं डायनामिक टेस्टिंग एरिया क्वालिटी। तो इतने सुगर केन जो मशीन होंगे ने उन्होंने टैसटिंग की जाती है, और टैसटिंग किमें होंगी हैगी आज दिखाने थोड़ू। एक मशीन तुम बैकग्राउंड देख रहे हो जी टैसट हो रही हैगी, इस टाइम आप बैठे हैं न्यू हॉलैंड CNH के प्लांट के सप्ला जो परचेजिंग वाला डिपार्टमेंट आ, तो साढ़े नाल सर ने गे। सर आप अपना नाम बताएं हमारे व्यूअर्स को। हाँ जी, मेरा नाम राजेश जायसवाल है और मैं सप्लाई चेन देखता हूँ जी। यहाँ पे जो हार्वेस्टर बनते हैं उस हार्वेस्टर के लिए जो मटीरियल लाना होता है वो मेरी जिम्मेदारी है, और हम ब्रांड सब ब्रांड के मटीरियल लाते हैं, जैसे कमिंस से इंजन है, MRF से टायर है या गुडियर का टायर है, मतलब वर्ल्ड में नंबर वन ब्रांड जो जो पार्ट है वो सब हम इन ब्रांड ओनर से लाते हैं, और हमारी हार्वेस्टर में जो पार्ट लगते हैं ये बिल्कुल नंबर वन क्वालिटी के होते हैं। इसका उद्देश्य ये होता है कि हमारी जो हार्वेस्टर जो किसान भाई हमारे लेते हैं उनको कोई तकलीफ ना हो और वो बिल्कुल आसानी से इस हार्वेस्टर को इस्तेमाल करें और अपना प्रॉफिट कमाए, यही हमारा उद्देश्य होता है। पार्कर है, ये वर्ल्ड में नंबर वन हाइड्रोलिक्स में है, ईटन है, ये वर्ल्ड का नंबर वन है, जिन्हीं कंपनियों से हम पार्ट लाते हैं जो हमारे हार्वेस्टर में लगते हैं जी। जैसे सर मान लो किसानों के मन में है कि न्यू हॉलैंड की कंबाइन है जो बहुत ज़्यादा महंगी है दूसरी कंबाइनों से, हाँ जी, तो उसका एक ये कारण भी हो सकता है कि आप पार्ट्स बहुत ज़्यादा अच्छे यूज़ कर रहे हो। महंगा तो देखिए, अगर कोई चीज़
मतलब महंगी होती है तो उसकी रिलायबिलिटी ज़्यादा होती है, वो फेल नहीं होता है वो पार्ट, और वो आप एंड मौके पे हार्वेस्टिंग के समय कोई पार्ट फेल हो गया तो क्या मतलब है सस्ता पार्ट लेने में या सस्ती गाड़ी लेने में, आपका तो आपकी तो ट्रेन निकल गई जी, है ना, जब समय पे वो काम ना आए तो क्या मतलब है। तो हमारी ये जो हार्वेस्टर है इसकी क्वालिटी की इतनी गारंटी है क्योंकि हम सारे ब्रांड के माल लेते हैं जी, इसमें आपको दिखेगा कि आपको समय पे ये धोखा नहीं देगा जी, यही खासियत है। तो दोस्तों ये कारण है जेड़ा हॉलैंड दी जेड़ी कंबाइन है ये हो इतनी ज़्यादा बढ़िया होती है। दोस्तों अभी वीडियो में हमारे साथ CNH के इस प्लांट के प्लांट हेड सर हैं हमारे साथ, सर नमस्ते जी। नमस्कार जी, मैं आपको प्लांट के बारे में थोड़ा सा जानकारी देना चाहूँगा कि ये चाकण पुणे में जो चाकण है वहाँ पे स्थित है प्लांट, मोस्ट मॉडर्न प्लांट है, हमारे पास इनहाउस फैसिलिटीज़ हैं जैसे लेदर कटिंग, बेंडिंग, फैब्रिकेशन, असेंबली एंड पेंट शॉप, जो कि आपको वीडियो में डिटेल दिखेगी जी। हमने जब ये प्लांट एस्टेब्लिश किया तो जब ये हमारी जो CNH है ये ग्लोबल कंपनी है, तो बाकी प्लांट में जो बेस्ट प्रैक्टिसेस थी वो सारी बेस्ट प्रैक्टिसेस हमने अडॉप्ट करके ये प्लांट एस्टेब्लिश किया, तो इसलिए आप वीडियो में देखेंगे काफ़ी सिस्टमाइजेशन है प्लांट के अंदर, वो चाहे फैब्रिकेशन हो, असेंबली हो या डिस्पैच ऑफ मशीन्स हो, तो ऐसा हम लोगों ने यहाँ पे प्रोडक्ट पूरा एस्टेब्लिश किया है। पहले इनिशियली हमने असेंबली से शुरू किया, फिर बैकवर्ड इंटीग्रेशन करके हमने पेंट शॉप और फैब्रिकेशन शॉप, लेजर कटिंग मशीन सारी फैसिलिटीज़ यहाँ पे लगाई है, तो अभी प्लांट पूरा फुल सफिशिएंट है। हम यहाँ पे कंबाइन हार्वेस्टर, शुगर केन हार्वेस्टर और बेलर ये यहाँ पे प्रोडक्ट बनाते हैं और कस्टमर को देते हैं। दूसरा ये है कि ये जो प्लांट है ये मोस्ट मॉडर्न प्लांट है, आप पेंट शॉप के वीडियो में आपने देखा होगा, इसमें जो भी हम लोग सॉल्वेंट यूज़ करते हैं या पानी यूज़ करते हैं कोई भी डिस्चार्ज प्लांट के बाहर नहीं जाता है, सारा अंदर यूज़ होता है। मोस्ट मॉडर्न STP ETP प्लांट है जहाँ पे कि ये सारा हम जो भी वेस्ट है उसको कन्वर्ट करते हैं और यहाँ पे जो प्लांट को ग्रीन बनाने के लिए उसको यूज़ करते हैं, तो ये प्लांट जो है वो ग्रीन एनवायरमेंट फ्रेंडली सर्टिफाइड प्लांट है जिसकी वजह से हमने गवर्नमेंट और यहाँ के एनवायरमेंट फ्रेंडली उसको भी सपोर्ट किया है। सेकेंडली ये प्लांट के आसपास कुछ विलेजेस भी हैं जो कि जिनको कि हम अपडेट देते रहते हैं कि हम किस तरह का प्रोडक्ट यहाँ पे बनाते हैं जी। प्लस ड्यूरिंग कोविड आपने देखा होगा बहुत डिफिकल्ट सिचुएशन थी और लेबर का बहुत ज़्यादा प्रॉब्लम था, तो पर्टिकुलरली शुगर कैन हार्वेस्टर, कंबाइन हार्वेस्टर, लेबर न मिलने की वजह से इसका डिस्पैच बहुत इंपॉर्टेंट था जी। जो कि प्लांट ने किया, लॉकडाउन की सिचुएशन में भी टीम ने यहाँ पे आके काम किया, सभी ने मिलके काम करके वो प्रोडक्ट कस्टमर को पहुंचाया जिससे नेशन को काफ़ी हेल्प हुई और जिसकी वजह से हम कुछ प्रोड्यूस कर पाए। सो ब्रीफली मैं बताना चाहूँगा कि प्लांट इज़ रेडी टू प्रोड्यूस ऑल कंबाइन हार्वेस्टर, शुगर केन हार्वेस्टर और बेलर जो कि हम आसपास जो हमारा मेन कोर एरिया महाराष्ट्र शुगर केन के लिए उसको सपोर्ट करते हैं प्लस इंडिया लेवल पर भी सपोर्ट करते हैं। दूसरा इस प्लांट से हम एक्सपोर्ट भी करते हैं मशीनें जो बाहर के देशों में जाती है जैसे थाईलैंड, मलेशिया, पूरे एशिया में मशीनें जाती है तो यहाँ से एक्सपोर्ट मार्केट भी है, तो एक्सपोर्ट वर्थी मशीन भी इस प्लांट के अंदर बनती है जी। तो ये सारा जो आपने वीडियो में देखा ही होगा डिटेल, इसके हिसाब से ये मोस्ट मॉडर्न प्लांट है और हम अच्छे डिलीवर कर सकते हैं प्रोडक्ट, क्वालिटी प्रोडक्ट। थैंक यू। थैंक यू।